ਸਾਡੇ ਘਰੇ ਸਵੇਰੇ ਸਵੇਰੇ ਪੁਲਿਸ ਰੱਬਾ ਸੁੱਖ ਰੱਖੀ ਕਿੱਥੇ ਆ ਵੱਡਾ ਬਦਮਾਸ ਕੱਢੋ ਉਹਨੂੰ ਬਾਹਰ ਮੈਨੂੰ ਤਾਂ ਲੱਗਦਾ ਭਾਈ ਤੁਹਾਨੂੰ ਭੁਲੇਖਾ ਲੱਗ ਗਿਆ ਤੁਸੀਂ ਗਲਤ ਕਰੇ ਆ ਗਏ ਕੁਛ ਤਾਂ ਸਹੀ ਕਰੇ ਆਇਆ ਭਾਈ ਤੂੰ ਜਲਦੀ ਜਲਦੀ ਦੱਸ ਵੀ ਤੇਰਾ ਮੁੰਡਾ ਕਿੱਥੇ ਆ ਮੇਰਾ ਮੁੰਡਾ ਤਾਂ ਡਿਊਟੀ ਗਿਆ ਹੋਇਆ ਉਹਨੂੰ ਤਾਂ ਗਏ ਨੂੰ ਵੀ 2 ਘੰਟੇ ਹੋ ਗਏ ਅੱਛਾ ਮਾਈ ਤੂੰ ਸਾਨੂੰ ਬੁੱਧੂ ਬਣਾ ਰਹੀ ਆ ਅੱਜ ਐਤਵਾਰ ਹੈ ਕਿਹੜੇ ਪਿਓ ਨੇ ਉਹਦੇ ਨੇ ਸਕੂਲ ਲਾਇਆ ਅੱਜ ਪਤਾ ਨਹੀਂ ਭਾਈ ਉਹਦੀ ਤਾਂ ਅੱਜ ਵੀ ਡਿਊਟੀ ਲੱਗੀ ਹੋਈ ਹੈ ਸਰਕਾਰ ਤਾਂ ਛੁੱਟੀ ਵਾਲੇ ਦਿਨ ਵੀ ਡਿਊਟੀ ਲਾਈ ਜਾਂਦੀ ਹੈ ਨਾਲੇ ਤੁਸੀਂ ਵੀ ਤਾਂ ਅੱਜ ਡਿਊਟੀਆਂ ਕਰਦੇ ਫਿਰਦੇ ਆ ਉਹ ਭਾਈ ਸਾਡੀ ਗੱਲ ਹੋਰ ਆ ਸਾਨੂੰ ਐਤਵਾਰ ਦੀ ਛੁੱਟੀ ਹੁੰਦੀ ਨਹੀਂ ਪਰ ਤੇਰਾ ਪੁੱਤਾ ਮਾਸਟਰ ਆ ਨਾ ਉਹਨੂੰ ਤਾਂ ਐਤਵਾਰ ਦੀ ਛੁੱਟੀ ਹੁੰਦੀ ਆ ਕਿੱਥੇ ਲਕੋਈ ਬੈਠੀ ਆ ਦੱਸ ਸਾਨੂੰ ਲੈ ਹੈ ਫੇਰ ਉਹੀ ਗੱਲ ਮੈਂ ਉਹਨੂੰ ਕਿੱਥੇ ਲਗਾ ਕੇ ਬਿਠਾਣਾ ਐਵੇਂ ਨਹੀਂ ਮਾਈ ਸੱਚ ਬੋਲਦੀ ਸ਼ੇਰ ਸਿੰਘ ਕਰ ਦੀ ਤਲਾਸ਼ੀ ਲੋ ਲੈ ਹੈ ਐ ਕਿਵੇਂ ਤੁਸੀਂ ਤਲਾਸ਼ੀ ਕਰੋਗੇ ਸਾਡੇ ਘਰੇ ਸੌ ਸਾਡਾ ਜ਼ਰੂਰੀ ਸਮਾਨ ਪਿਆ ਤਲਾਸ਼ੀ ਕਰੋਗੇ ਚੱਲ ਸ਼ੇਰ ਸਿੰਘ ਐਵੇਂ ਕਰਦੇ ਫਿਰ ਮਾਈ ਨੂੰ ਲੈ ਚੱਲਦੇ ਆ ਥਾਣੇ ਆਪੇ ਹੋਊਗਾ ਦਾ ਮੁੰਡਾ ਪੇਸ਼ ਉੱਥੇ ਉਹ ਮਾਤਾ ਤੈਨੂੰ ਮੈਂ ਲਾਸਟ ਵਾਰ ਕਹਿ ਰਿਹਾ ਤੂੰ ਦੱਸ ਦੇ ਤੇਰਾ ਮੁੰਡਾ ਕਿੱਥੇ ਆ ਨਹੀਂ ਬਹੁਤ ਪਛਤਾਏਗੀ ਮੇਰੇ ਪੁੱਤ ਨੇ ਤਾਂ ਕੋਈ ਗੁਨਾਹ ਹੀ ਨਹੀਂ ਕਰਿਆ ਹੈਗਾ ਮੈਂ ਕਾਹਤੋਂ ਡਰਦੀ ਆ ਫਿਰ ਇਹਨਾਂ ਨੂੰ ਜ਼ਰੂਰ ਕੋਈ ਗਲਤ ਫਹਿਮੀ ਹੋ ਗਈ ਮੈਨੂੰ ਇਹ ਦੱਸੋ ਮੇਰੇ ਪੁੱਤ ਨੇ ਕੀ ਗੁਨਾਹ ਕਰਿਆ ਕਾਹਦੇ ਜੁਰਮ 'ਚ ਫੜਨ ਆਇਆ ਤੁਸੀਂ ਉਹਨੂੰ ਜੇ ਤੇਰੇ ਪੁੱਤ ਨੇ ਕੋਈ ਗੁਨਾਹ ਕੀਤਾ ਤਾਂ ਹੀ ਤਾਂ ਤੂੰ ਡਰੀ ਹੋਈ ਆ ਤਾਂ ਹੀ ਨਹੀਂ ਤੂੰ ਉਹਨੂੰ ਸਾਡੇ ਸਾਹਮਣੇ ਕਰ ਰਹੀ ਮੈਨੂੰ ਦੱਸੋ ਤਾਂ ਸਹੀ ਮੇਰੇ ਪੁੱਤ ਦਾ ਕਸੂਰ ਕੀ ਹੈ ਕਾਹਦੇ ਜੁਰਮ 'ਚ ਫੜਨਾ ਹੈ ਉਹਨੂੰ ਉਹ ਆਂਟੀ ਜੀ ਅਸੀਂ ਤੁਹਾਨੂੰ ਕਦੋਂ ਕਿਹਾ ਛੋਟੇ ਪੁੱਤ ਨੇ ਕੋਈ ਗੁਨਾਹ ਕੀਤਾ ਅਸੀਂ ਉਹਨੂੰ ਫੜਨਾ ਆ ਪਹਿਲਾਂ ਮਾਈ ਕਹਿੰਦਾ ਸੀ ਹੁਣ ਆਂਟੀ ਕਹਿਣ ਲੱਗ ਗਿਆ ਚੱਕਰ ਕੀ ਹੈ ਇਹ ਸ਼ਕਲ ਵੀ ਜਾਣੀ ਪਛਾਣੀ ਲੱਗਦੀ ਹੈ ਪਤਾ ਨਹੀਂ ਕੀ ਗੱਲ ਹੈ ਹੈਗੇ ਕੌਣ ਇਹ ਸਮਝ ਨਹੀਂ ਆਉਂਦੀ ਆਂਟੀ ਸਾਡੇ ਕੋਲ ਟਾਈਮ ਘੱਟ ਹੈ ਜਲਦੀ ਕੱਢੋ ਆਪਣੇ ਲਾੜਲੇ ਨੂੰ ਬਾਹਰ ਸਵੇਰੇ ਸਵੇਰੇ ਪੰਜਾਬ ਪੁਲਿਸ ਸਾਡੇ ਘਰੇ ਕਿਵੇਂ ਆ ਗਈ ਅਸੀਂ ਸੋਚਿਆ ਜਾਂਦੇ ਜਾਂਦੇ ਚਾਹ ਹੀ ਪੀਜੀਏ ਪਰ ਆਂਟੀ ਨੇ ਤਾਂ ਬਹਾਨਾ ਹੀ ਮਾਰਤਾ ਚਾਹ ਪੀਉਣ ਦੀ ਮਰੀ ਨੇ ਕਹਿੰਦੀ ਮੇਰਾ ਮੁੰਡਾ ਹੀ ਨਹੀਂ ਘਰੇ ਹੈਗਾ ਉਹ ਫੇਰ ਕੀ ਸੀ ਤੁਸੀਂ ਬੇਬੇ ਨੂੰ ਕਹਿੰਦੇ ਵੀ ਅਸੀਂ ਚਾਹ ਪੀਣੀ ਹੈ ਤੁਹਾਨੂੰ ਚਾਹ ਪਿਆਏ ਬਿਨਾ ਥੋੜਾ ਤੋਰਦੀ ਸੀ ਮੇਰੀ ਬੇਬੇ ਲੈ ਹੈ ਪੁੱਤ ਇਹਨਾਂ ਨੇ ਦੱਸਿਆ ਹੀ ਨਹੀਂ ਹੈਗਾ ਵੀ ਚਾਹ ਪੀਣੀ ਹੈ ਇਹ ਤਾਂ ਮੈਨੂੰ ਐਹੀ ਕਹੀ ਗਏ ਤੇਰਾ ਮੁੰਡਾ ਕਿੱਥੇ ਆ ਤੇਰਾ ਮੁੰਡਾ ਦੱਸ ਕਿੱਥੇ ਆ ਉਸ ਤਾਂ ਯਾਰ ਆਂਟੀ ਨੂੰ ਡਰਾ ਕੇ ਦੇਦੇ ਸੀਗੇ ਵੀ ਤੈਨੂੰ ਫੜਨਾ ਆ ਆਂਟੀ ਤਾਂ ਸੱਚੀ ਡਰ ਗਈ ਓਹੋ ਬੇਬੇ ਤੂੰ ਪਛਾਣਿਆ ਨਹੀਂ ਇਹ ਤਾਂ ਸ਼ੇਰ ਹੈ ਜਿਹੜਾ ਮੇਰੇ ਨਾਲ ਪੜਦਾ ਹੁੰਦਾ ਸੀ ਤੇ ਰਮਨ ਆ ਇਹ ਵੀ ਸਾਡੀ ਕਲਾਸਮੇਟ ਏ ਸੀ ਮੈਂ ਤੂੰ ਪੁਲਿਸ ਚ ਕਦ ਭਰਤੀ ਹੋ ਗਿਆ ਮੈਨੂੰ ਤਾਂ ਜਮਾ ਨਹੀਂ ਪਤਾ ਲੱਗਿਆ ਨਾ ਪਛਾਣ ਚ ਆਇਆ ਭਾਈ ਤੂੰ ਜਮਾ ਹੀ ਮੇਰੇ ਉਹ ਆਂਟੀ ਹੁਣ ਤਾਂ ਪਛਾਣ ਲਿਆ ਹੁਣ ਲਿਓ ਫਿਰ ਗਰਮ ਗਰਮ ਚਾਹ ਬਣਾ ਕੇ ਤੁਸੀਂ ਤਾਂ ਭਾਈ ਮੈਨੂੰ ਸੱਚੀ ਡਰਾਤਾ ਮੇਰੇ ਤਾਂ ਹੌਲ ਪੈ ਗਿਆ ਚੱਲ ਆ ਜਾਓ ਬੈਠੋ ਤੁਸੀਂ ਕਰੋ ਗੱਲਾਂ ਮੈਂ ਬਣਾ ਕੇ ਲਿਆਉਣੀ ਆ ਚਾਹ ਚੰਗਾ ਚੰਗਾ ਪੁੱਤ ਤੁਸੀਂ ਸਿੱਧਾ ਹੀ ਮੂੰਹ ਚੱਕ ਕੇ ਆ ਗਏ ਦੱਸ ਕੇ ਤਾਂ ਉਹਦੇ ਫਿਰ ਮੈਂ ਕੋਈ ਪ੍ਰਬੰਧ ਕਰਦਾ ਖਾਣ ਪੀਣ ਦਾ ਸਪੈਸ਼ਲ ਪੁਲਿਸ ਰੇਟ ਦੱਸ ਕੇ ਨਹੀਂ ਮਾਰਦੀ ਕਾਕਾ ਅੱਛਾ ਜੀ ਹਾਂਜੀ ਚਲੋ ਹੁਣ ਐਵੇਂ ਕਰੋ ਮੇਰੀ ਬੇਬੇ ਚਾਹ ਬਣਾ ਕੇ ਲਿਆਉਂਦੀ ਆ ਉਹ ਪੀ ਕੇ ਤਿੱਤਰ ਹੋ ਜਾਓ ਜੇ ਉਹਨੂੰ ਸ਼ੱਕ ਹੋ ਗਿਆ ਨਾ ਫਿਰ ਬਹੁਤ ਔਖਾ ਹੋ ਜਾਓ ਲੈ ਫਿਰ ਕਾਹਦਾ ਔਖਾ ਫਿਰ ਤੇ ਹੋਰ ਵੀ ਕੰਮ ਆਸਾਨ ਹੋ ਜੂ ਬੇਬੇ ਨੂੰ ਕਹਿ ਦਾਂਗੇ ਵਾਰਲਾ ਪਾਣੀ ਸਾਡੇ ਤੋਂ ਓਏ ਐਨੀ ਵੀ ਸ਼ਰੀਫ ਨਹੀਂ ਹੈਗੀ ਮੇਰੀ ਬੇਬੇ ਬਹੁਤ ਗੱਬਾ ਸਵਾ ਚੱਕੀ ਫਿਰਦੀ ਆ ਉਹ ਓ ਲੈ ਇੱਕ ਧਮਕੀ ਨਾਲ ਤਾਂ ਮੇਰੇ ਨਾਲ ਡਰ ਗਈ ਸੀ ਆਪਾਂ ਤਾਂ ਉਵੇਂ ਡਰਾ ਕੇ ਮਨਾ ਲੈਣੀ ਆ ਅੱਛਾ ਦੇਖ ਲੈ ਫਿਰ ਡਰਾ ਕੇ ਜੇ ਕੰਮ ਚੱਲਦਾ ਓ ਨਹੀਂ ਨਹੀਂ ਯਾਰ ਫਿਰ ਵੀ ਮੇਰੀ ਹੋਣ ਵਾਲੀ ਸੱਸ ਆ ਹਾਂ ਵਿਆਹ ਤੋਂ ਬਾਅਦ ਦੇਖਾਂਗੇ ਜੇ ਜ਼ਿਆਦਾ ਕੰਮ ਲਊਗੀ ਫਿਰ ਡਰਾਵਾਂਗੇ ਬੇਬੇ ਜੀ ਹਰਭਜਨ ਨੇ ਸਾਡੇ ਦੋਵਾਂ ਬਾਰੇ ਕੋਈ ਜ਼ਰੂਰੀ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਪੁੱਤ ਦੱਸੋ ਕੀ ਗੱਲ ਕਰਨੀ ਹੈ ਮੈਂ ਕਿਹੜੀ ਗੱਲ ਕਰਨੀ ਸੀ ਉਹ ਇਹਦਾ ਬੇਬੇ ਐਵੇਂ ਭਗਾਈ ਮਾਰਦੀ ਆ ਉਹ ਹਾਂ ਮੇਨ ਗੱਲ ਜਿਹੜੀ ਕਰਨੀ ਸੀ ਹੁਣ ਯਾਦ ਆਈ ਆ ਮੇਰੇ ਬੇਬੇ ਇਹ ਰਮਨ ਨੂੰ ਵੀ ਆਪਦੇ ਬਾਪੂ ਵਾਲੀ ਨੌਕਰੀ ਮਿਲੀ ਆ ਅਤੇ ਇਹਨੂੰ ਵੀ ਇਕੱਲਾ ਤੇਰਾ ਪੁੱਤ ਹੀ ਆ ਜਿਹਨੇ ਆਪਦੇ ਦਮ 'ਤੇ ਪੜ੍ਹ ਕੇ ਨੌਕਰੀ ਲਈ ਆ ਉਹ ਯਾਰ ਜਿਵੇਂ ਮਰਜ਼ੀ ਆ ਨੌਕਰੀ ਤਾਂ ਮਿਲ ਗਈ ਤੂੰ ਆ ਸਾਰਾ ਦਿਨ ਪੜ੍ਹੀ ਜਾਂਦਾ ਸੀਗਾ ਮੈਂ ਤਾਂ ਕਿਤਾਬਾਂ ਪੇਪਰਾਂ ਵੇਲੇ ਚੱਕਦਾ ਸੀਗਾ ਨੌਕਰੀ ਚਾਹੇ ਤੂੰ ਆਪਦੇ ਦਮ 'ਤੇ ਲਈ ਹੈ ਪਰ ਸਾਡੀ ਨੌਕਰੀ ਦੀ ਟੌਰ ਹੀ ਵੱਖਰੀ ਹੈ ਇਹ ਤਾਂ ਫਿਰ ਤੁਹਾਡਾ ਭੁਲੇਖਾ ਹੀ ਆ ਟੌਰ ਤਾਂ ਮੇਰੀ ਹੋ ਜ਼ਿਆਦੇ ਆ ਸਾਰੇ ਪਿੰਡ 'ਚ ਮਾਸਟਰ ਮਾਸਟਰ ਹੁੰਦੀ ਆ ਪਰ ਤੇਰੀ ਤਾਂ ਬਾਈ ਕਲੀ ਪਿੰਡ 'ਚ ਮਾਸਟਰ ਮਾਸਟਰ ਹੁੰਦੀ ਆ ਸਾਡੀ ਤਾਂ ਇਲਾਕੇ 'ਚ ਪੂਰੀ ਆ ਸਲੂਟ ਵੱਜਦੇ ਨੇ ਸਲੂਟ ਪਤਾ ਹੀ ਆ ਮੈਨੂੰ ਪੰਜਾਬ ਪੁਲਿਸ ਨੂੰ ਕਿੰਨੇ ਕੁ ਸਲੂਟ ਵੱਜਦੇ ਨੇ ਨਾ ਤੁਹਾਨੂੰ ਕੋਈ ਛੁੱਟੀ ਹੁੰਦੀ ਹੈ ਨਾ ਤੁਸੀਂ ਕੋਈ ਤਿਉਹਾਰ ਮਨਾ ਸਕੋ ਆਹ ਦੇਖ ਲਾ ਜੱਟ ਨੂੰ 24 ਦਸੰਬਰ ਨੂੰ ਛੁੱਟੀਆਂ ਹੋਈਆਂ ਸੀ ਹੁਣ ਤੱਕ ਚੱਲਦੀਆਂ ਨੇ ਮੌਜਾਂ ਕਰਦੇ ਆ
मान लैने तुम साढ़े नो मौजा ज्यादा कर दो पर मेरी गल तो विचे रह गई ना करो बेबे जी ना गल ओए होर मैं कड़ी गल करनी सी मेरे तो याद नहीं मैं करावा याद जे तुसी सच्ची भुल गए तो ओ हाँ सच आया याद ओ बेबे गल है ये घर दे ना ये वास्ते रिश्ता देखते फिरते हैं जे तेरी निगाह कोई मुंडा है तो दस दे इन्हों मुंडा लभन की गल मुंडा सामने बैठा हाले मास्टर लगे हुए ना ना भाई असी नहीं पुलिस वाली कुड़ी का रिश्ता लेंदे है मैं तेन दसा गल असी तो भाई कोई मास्टर नहीं लभांगे कोई गल नहीं आंटी जी मैं लभांगी कोई मास्टर नहीं निगाह च हुई तो चलो फिर सर आप चलीए चलो मैडम हाँ जी हाँ जरूर मतलब तुम कम करो सानू कर दो इस बार तो लासन बरीक बरीक हो जमाने चज न होया पुत्र हरभजन मैं पुछदी है जेडी कुड़ी आई थी अपने कुड़ी तो सोहनी है लंबी लंजी है पर उदा जात गोत की है पुत्र ओ सर ने बेबे अच्छा पंडतां दी कुड़ी है हाँ, पंडतां मैं तो ए कह रही थी तेरे नानकियां दे घर कई घर ने पंडतां दे आपां इहदा रिश्ता ना करा दी उत्थे विचोले बन जाने इहदे ओ लै बेबे पंडत जरूर होना आपां इहदा रिश्ता जट्टां दे घर ना करा दी लै देख ना पुत्त नाले ब्याह शादियां तो पुत्त अपने जात गोत चंगियां रहिंदियां ने ये पुरानियां रीतां कितें ऐवें नहीं थीं हैगियां बेबे मेरा तो दिल करदा भी मैं भी पंडतां दी कुड़ी नाल ब्याह करा लवां अच्छा तेरे वास्ते तो कुड़ी मैं देख रखी है पुत्त तेरी मासी दी नंद दी कुड़ी है कुड़ी भी सोहनी सुनखी है नाले पढ़ी लिखी है मास्टर नहीं लगी भी है प्राइवेट स्कूल च नाले कहने सुभाव बथेरा सोहना कुड़ी दा होर की चाहिंदा अच्छा बेबे तू सिमी दी गल कर रही है हाँ हाँ पुत्त मैं सिमी दी गल कर दी है कुड़ी देख ला किन्नी सुनखी है नाले ओह बेबे मेरा उहदे नाल रिश्ता किवें हो जाऊगा उह तां मेरी भैण लगी हरभजन तू पुठियां गल्लां क्यों करदा हुन्ना पुत्त तेरी भैण किवें लगी भला ओह ओ तारी दी भी तो भैन लगती है फिर तारी मेरी मासी का मुंडा वो मेरा भाई लगता है भैन लगी मेरी भी भैन लगी तारी तो तेरी मासी का मुंडा है पुत वो तेरी मासी की कुड़ी थोड़ो है वो तो तेरी मासी की नंद की कुड़ी है रिश्ता हो सकता है देख अपने विआह बारे जे घरद ना गल करनी तो कर ला फिर ना कहीं मेरे घरद ने कित होर विआह करता फिर मेरे वारी कड़ा कुड़िया मुक गई मैं भी कराई लूंगा कितना कित मैं मजाक नहीं करती किन्ना क चिर मैं उन्होंने लारे लाई जाऊंगी किन्ना क चिर उन्होंने टालती रहूंगी हाँ मैं करदा बेबे नाल दिल जा कड़ा करके गल पर मैनू लग नहीं रहा मेरी बेबे मनूगी तेरी भैन ना ही कर ला वो आपे मना लूगी बेबे नू ओए नहीं नहीं बेबे तो आपदे मन की मर्जी करती है वो किसी की नहीं मानती तेरी बेबे के चक्कर च फिर मैं सारी उम्र कुआरी थोड़ी ना बैठे रहना ओ यार फिर तेनू मैं कदों कहा मेरी बेबे करके कुआरी बैठ या करा ला जिते करा मैनू भी रिश्तों की कोई घाट नहीं हैगी जे तू नौकरी ते ना ਤਾਂ ਨੌਕਰੀ ਤੇ ਮੈਂ ਵੀ ਆ ਇਹ ਗੱਲ ਯਾਦ ਰੱਖ ਚੱਲ ਠੀਕ ਹੈ ਜਿੱਥੇ ਤੇਰਾ ਦਿਲ ਕਰਦਾ ਤੂੰ ਕਰਾ ਲਾ ਜਿੱਥੇ ਮੇਰੇ ਘਰ ਦੇ ਕਰਨਗੇ ਮੈਂ ਕਰਾ ਲੂੰਗੀ ਉਹ ਹਾਂ ਹਾਂ ਕਰਾਵਾਂਗੀ ਹੋਰ ਸਾਰੀ ਉਮਰ ਕੁਆਰੇ ਥੋੜਾ ਬੈਠੇ ਰਹਿਣਾ ਕਿਸੇ ਨੂੰ ਪਿਆਰ ਕਰਨ ਤੋਂ ਪਹਿਲਾਂ ਨਾ ਉਹਦੀ ਜਾਤ ਗੋਤ ਪੁੱਛ ਲਿਆ ਕਰੋ ਨਹੀਂ ਤੇ ਨਾ ਪਿਆਰ ਹੀ ਆਪਣੀ ਬੇਬੇ ਨੂੰ ਪੁੱਛ ਕੇ ਕਰਿਆ ਕਰੋ ਐਵੇਂ ਟਾਈਮ ਪਾਸ ਕਰਕੇ ਨਾ ਕਿਸੇ ਦੀ ਧੀ ਦੀ ਜ਼ਿੰਦਗੀ ਨਾ ਖਰਾਬ ਕਰਿਆ ਕਰੋ ਉਹ ਮੈਂ ਕਹਦਾ ਟਾਈਮ ਪਾਸ ਕਰ ਲਿਆ ਯਾਰ ਤੇਰੇ ਨਾਲ ਕਿਹੜੀ ਤੇਰੀ ਜ਼ਿੰਦਗੀ ਖਰਾਬ ਕਰਦੀ ਜਿਹੜੀ ਮੇਰੀ ਜ਼ਿੰਦਗੀ ਖਰਾਬ ਹੋਈ ਹੈ ਨਾ ਤੈਨੂੰ ਵੀ ਪਤਾ ਆ ਮੈਨੂੰ ਮੂੰਹੋਂ ਦੱਸਣ ਦੀ ਲੋੜ ਨਹੀਂ ਫਿਰ ਮੈਂ ਕਿਹੜਾ ਧੱਕੇ ਨਾਲ ਤੇਰੇ ਘਰੇ ਆ ਕੇ ਤੇਰੀ ਜ਼ਿੰਦਗੀ ਖਰਾਬ ਕੀਤੀ ਆ ਤੂੰ ਖੁਦ ਆਉਂਦੀ ਸੀ ਮੈਨੂੰ ਮਿਲਣ ਅੱਛਾ ਮਿਲਣ ਦੀ ਇਹ ਸਜ਼ਾ ਦੇ ਰਹੇ ਆ ਫਿਰ ਕੀ ਕਰਾਂ ਯਾਰ ਤੈਨੂੰ ਧੱਕੇ ਨਾਲ ਘਰੇ ਲੈ ਜਾਂ ਕੱਢ ਕੇ ਲੈ ਜਾਾਂਗੇ ਜਿਸ ਬੰਦੇ 'ਚ ਆਪਣੀ ਮਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਹੈਗੀ ਉਹ ਕੱਢ ਕੇ ਕਿੱਥੇ ਲੈ ਜਾਊਗਾ ਬਸ ਟਾਈਮ ਪਾਸ ਆ ਮੈਂ ਤੇਰਾ ਓਏ ਤੂੰ ਵੀ ਤਾਂ ਹੁਣ ਤੱਕ ਮੇਰਾ ਟਾਈਮ ਪਾਸ ਹੀ ਕੀਤਾ ਆ ਗਿਆ ਹੁਣ ਕੋਈ ਹੋਰ ਸਪਾਟਾ ਪਸੰਦ ਤਾਂ ਹੀ ਮੈਨੂੰ ਬਹਾਨਾ ਬਣਾ ਕੇ ਛੱਡ ਰਹੀ ਆਂ ਮੈਨੂੰ ਨਾ ਸਪਾਟਿਆਂ ਦੀ ਕਮੀ ਨਹੀਂ ਸੀਗੀ ਠੀਕ ਹੈ ਜੇ ਸਪਾਟਾ ਹੀ ਪਸੰਦ ਕਰਨਾ ਹੁੰਦਾ ਨਾ ਤੇ ਤੇਰੇ ਘਰੇ ਇੱਥੇ ਮਿੰਤਾ ਕਰਨ ਨਾ ਆਂਦੀ ਮੈਨੂੰ ਲੱਗਦਾ ਤੂੰ ਜ਼ਰੂਰ ਕੋਈ ਮੈਡਮ ਟਕਾ ਲਈ ਹੋਣੀ ਹੈ ਦੇਤਾ ਹੋਣਾ ਵਿਆਹ ਦਾ ਚਾਂਸ ਆ ਓਏ ਹਾਂ ਹਾਂ ਇੱਕੀ ਕਿਉਂ ਮੈਂ ਤਾਂ ਤਿੰਨ ਚਾਰ ਟਕਾਈ ਫਿਰਦਾ ਨਾਲੇ ਮੇਰਾ ਤਾਂ ਕੰਮ ਹੀ ਆ ਜੱਸ ਦੇਣਾ ਰੱਖ ਆਪਦੀਆਂ ਸਾਂਭ ਕੇ ਅਸਬਨ ਮੈਨੂੰ ਕਾਲ ਨਾ ਆ ਜੇ ਸ਼ਕਲ ਦਿਖਾਉਣਾ ਤਾਂ ਦੂਰ ਦੀ ਗੱਲ ਹੈ ਆ ਚੱਕ ਤੇਰਾ ਨੰਬਰੇ ਬਲੌਕ ਕਰਤਾ ਹੁਣ ਕਾਲ ਆਊਗੀ ਉਹ ਕਿਵੇਂ ਪਿਆਰ ਦੇ ਤਾਂ ਤੂੰ ਡਰਾਮਾ ਹੀ ਕਰਦਾ ਸੀ ਮੈਂ ਤਾਂ ਟਾਈਮ ਪਾਸ ਸੀ ਤੇਰੇ ਲਈ ਮੈਨੂੰ ਪਤਾ ਹੋਰ ਮਿਲ ਗਈਆਂ ਨੇ ਤਾਂ ਹੀ ਇੱਕ ਸੈਕਿੰਡ ਨਹੀਂ ਲਾਇਆ ਬਲੌਕ ਕਰਨ ਲੱਗਿਆ ਤੂੰ ਖੁਦ ਮਜਬੂਰ ਕੀਤਾ ਮੈਨੂੰ ਬਲੌਕ ਕਰਨ ਦੇ ਅੱਜ ਤੋਂ ਬਾਅਦ ਬਲੌਕ ਹੀ ਰੱਖੀ ਤੂੰ ਮੈਨੂੰ ਕੀ ਗੱਲ ਹੋ ਗਈ ਮੈਡਮ ਬੜਾ ਗੁੱਸੇ ਚੋਂ ਰੋਟੀ ਖਵਾ ਕੇ ਭੇਜਿਆ ਘਰਦੇ ਨੇ ਨਹੀਂ ਨਹੀਂ ਸਰ ਤੁਹਾਨੂੰ ਲੱਗਿਆ ਫਿਰ ਕਦੋਂ ਖਵਾ ਰਹੇ ਹੋ ਵਿਆਹ ਦੇ ਲੱਡੂ ਸਰ ਪਹਿਲਾਂ ਤੁਸੀਂ ਤਾਂ ਖਵਾ ਦਿਓ ਤੁਸੀਂ ਮੇਰੇ ਤੋਂ ਵੱਡੇ ਹੋ ਫਿਰ ਮੈਂ ਖਵਾਉਂਗੀ
कोई ना जी मैं भी खवा दूंगा। वैसे हरभजन की बेबे मनी थोड़े व्याह ली कि नहीं हजे? पता नहीं सर, मैनू लगता नहीं हजे उन्हें गल की है। घरे जिम्मे बेबे मैं जानता ना चंकी तरह, मैं नहीं लगता थोड़े व्याह ली मनूगी, वह बाली अड़बा सर। फिर कड़ा मैं कुंवारी रहन लगी हाँ, बथेरे रिश्ते। हाँ हाँ सोनू तो रिश्ते की घाट आ, इन्ने सोहने सुनखे तुसी, सोडे नाल दा हरेक व्याह कराउण तैयार हो जू। बस घर दे जिथे कहणगे हुण तां उत्थे करा लैणा। क्यों उहदे नाल नहीं कराउणा? तुहानूं पता ही है सर किन्ना टाइम हो गया साडे रिलेशन नूं, हुण तां कलारे ही लाई जांदा है, व्याह कराउण दा तां नां ही नहीं लैंदा। क्यों तुसी रिलेशन दे चक्कर च पए हो? उहनूं पुछ लो व्याह कराउणा कि नहीं कराउणा। सर उही क्लीयर करके आई अज्ज। तां ही तुसी अपसैट जिओ, मन्नी नहीं होणी वैसे उहदी बेबे व्याह लई। ओदी बेबे मन्ने जा ना मन्ने, मैं ओदे करके कुवारी थोड़ी बैठी रहना सारी उम्र, बथेरे रिश्ते आंदे आ, किन्ना क देर घरदियां नूं टालदी रहूंगी। मैडम तुसी उहनूं भुल जाओ, जिंदगी च अगे वधो, उह तां कोई ना कोई मास्टर ही लभी बैठे होणा। कई बार देखा मैं दस गल्लां करदा फोन ते। सर उह तां मेरे नाल ही गल्लां करदा हुंदा फोन ते। तां मैडम तुसी भोले हो, सानूं कुछ नहीं पता, जमाना बहुत खराब आ, लोक मिंट लाउंदे ने अखां च घट्टा पाउण लगे। नाल सानूं पता वी स्कूल नूं टूर ते लैके गया सी। हाँ जी हाँ जी सर मैं पता है, एक दिन लिए गए से फन सिटी बच्चों लैके। मैडम तुम तो भोले हो, बच्चों का बहाना घूमन तो मैडम रिंपी गए थे। रिंपी कौन? वो रिंपी मैडम वो पढ़ाते स्कूल च, मैं तो कई बार बाजार देखा कट्ठे फिरते दोनों। रुपिंदर मैडम की गल तो नहीं कर रहे तुम जो सावले ज रंग दे? हाँ हाँ उ रुपिंदर रिंपी, वो काफ़ी नेड़े अजक। नहीं नहीं सर उन्होंने तो मैं जानती हाँ, वो तो भैन बनाई हुई है, उन्हें ब्रदर नहीं है कोई। मैडम जमाना बहुत खराब आ, अजक तो कोई ताए चाचे की कुड़ी भैन मानता, वो तो फिर भी दूर दी आ, तुसी उहदे गल्लां च ना जाओ। सर तुसी एवें शक करी जाने हो। अच्छा खुद भी ब्लॉक मार गई मैनू, चल कोई नहीं मैनू कड़ा फिर कुड़ियों का घाटा, नाले ब्लॉक तो करना ही सी, सपाटे यार दियां बाहां च बाहां जो पाउणियां सी, कोई गल नहीं। हेलो हेलो रमन आई है यार अज ड्यूटी ते? हाँ हाँ मेरे कोल ही आ, करावा गल? पर नहीं नहीं गल कराउण नूं रहण दे, तुहानूं एवें कह दे वी आप दा ब्याह करा लेवे, मेरा भी रिश्ता पक्का हो गया। ठीक है बई कह देना मैं उहनूं। ठीक मैडम मैनूं हरभजन दा फोन आया सीगा, उह कहिंदा मेरा रिश्ता पक्का हो गया, तू रमन नूं कह दी वो भी करवा लेवे किते। करवाऊंगी सर मैं कड़ा फिर उहदे वास्ते कुवारी बैठी रहूंगी। मैडम तुहाडा मूड तां ही खराब रहिंदा, थोड़ी लड़ाई होई दोनों दी, तां ही फोन भी मेरे फोन ते करिया उहने। सर साडा तां रिलेशन ही खत्म हो गया, असीं तां इक दूजे नूं फोन तों भी ब्लॉक करता। अच्छा मैडम फिर तां कम काफ़ी वध गया, फिर इहो जिहे प्यार तों करवाउणा वी की आ जिहड़ा दिलों करदा ही ना होवे। असल तां उह मैनूं छड्डण दे बहाने ही पार रिहा सी, उहदी विआह दी सैटिंग तां किते होर होई पई सी, ता ही तो इन्ना जल्दी रिश्ता पक्का हो गया, मैं ही कमली सी जड़ी उहदे प्यार च पै गई। वधिया रहा मैडम टाइम नाल तुहानूं पता लग गया जी करतूत दा। मैं कदी सोचा नहीं सी उह इन्ना घटिया निकलूगा, आपदी बेबे नूं मोहरा बना के लारे मैनूं लाउंदा रहा ते इश्क किते होर लड़ांदा रहा। ओ मैडम कोई गल नहीं मोहरा वक्त समझ के भुल जाओ उहनूं, नवीं जिंदगी शुरुआत करो, आ जाओ चाह पीए। बेबे हाँ पुत मैं तेरे नाल एक गल करनी सी। कर ले पुत जेड़ी गल करनी है तू? तेरे रमन किवें लगी बेबे? रमन पुत सोहनी है कुड़ी, ता ही तो उहदे रिश्ते दी गल तोरी है तेरे नानके, नाले मुंडिया दा तां सुनेहा आ भी गया, कहिंदे उहनां नूं कह दो कदा मर्जी कुड़ी वाले आके साडा घर बार देख जाण। बेबे मैं तैनूं एवें कहिंदा सी तू उहदा रिश्ता किते होर कराउण नूं रहण दे, उहदा रिश्ता आपां ही लै लैणे। लै तेरा दिमाग ठीक है? रमन पंडतां दी कुड़ी है। बेबे फिर की हो गया जे पंडतां दी आ, पर कुड़ी तां सरकारी नौकरी ते आ। सरकारी नौकरी ते तां हैगी है, पर मेरी गल सुन जे तां सरकारी नौकरी वाली उह लैणी है तां मैं अपने पिंड वाले तेजू नूं कह देनी है, बथेरे रिश्ते करवाउंदा उहदी निगाह च होणगीआं कोई सरकारी कोई नौकरी करदीआं कुड़ियां। पर बेबे मेरा दिल तां करदा मैं इसे नाल ही करा लां। कोई चज्ज दी गल कर लिया कर। अच्छा एवें नहीं भकाई मारदे हुंदे, नाले उहदा रिश्ता तां मैं तेरे नानके ही करवाऊंगी बामणा दे मुंडे नूं, मेरी गल होई उहनां नाल। बेबे असल च गल पता की आ, मैं ते रमन एक दूजे नूं पसंद करदे आ ते असीं एक दूजे नाल विआह कराउण दा वादा कीता होया। बे तेरा तां दिमाग हिल गया, एवें भी रिश्ते हुंदे हुंदे ने,
मुंडा जट्टां दा कुड़ी पंडतां दी है जे तो अपनी पसंद का ही ब्याह करवाना फिर कम से कम कोई जट्टां दी लभ लै ओ बेबे प्यार जातां देख के नहीं हुंदा मैं ब्याह करवाना तां रमन नाल ही करवाना बस बे शर्म कर भोरा अपनी तो कुड़ी ने वेरे सारे मेहने मारिया कम गए भी एदा भाई पंडतां दी कुड़ी नाल ब्याह करी फिरदा इस मेहने दे नाल कीड़ी गल आ फिर मैं कुवारा थोड़ो रहना ब्याह तां करवाउणा ही आ वे मैं कल तेन कहने भी तू कुवारा रह पर कोई कुड़ी भी चज दी हो मैनू तो यही कुड़ी चज दी लगती है तो ब्याह भी मैं इसे नाल ही करवाउणा ब्याह के फिर इस घरे नहीं रहन देना मैं रहना तो फिर बाहर ही पऊगा तेन ओ कोई गल नहीं पुलिस वाली आ गई क्वार्टर तो मिले जाने रहने लिए तू रख ली आपका घर सामभ के भी इनिया सुखा सुख के तेन लिया ती रब तो तू तो हूने बदल गया ब्याह तो बाहर की बनूगा की तू मेरी सवाह सेवा करेगा बेबे फिर तू मेरी गल समझी तो है नहीं पुत गल तो तू नहीं समझ रहा एक तो कुड़ी लगी हुई पुलिस है उन्हें त्यार व्यार की कोई छुट्टी नहीं हैगी उपरों कई बार रातों दी ड्यूटी आ जांदियां ने ओ मैं मानदा बेबे उन्हें छुट्टियां घट होंदियां पर उहदी रात दी ड्यूटी थोड़ा हुंदी आ ओह सिर्फ दिने दिने ड्यूटी करदी आ नाले थोनू मंजूर होवे ना होवे ब्याह ते ना मैं रमन ने लिआउणी आ इह तां जग्गो तेर वी करन नूं फिरदा आखे मैं तां रमन ने ब्याह के लिआउणी है होर कुड़ियां मुक्क गईआं मैं कर दी हाँ कुड़ी नूं फोन ओह समझाओ इहनूं आपे छड़ा चकदी आ फोन हैलो हैलो सत श्री अकाल बेबे सत श्री अकाल पुत ठीक ठाक याद करया बेबे अज मैं ता पुत तेनु ऐ फोन करया आ तेरा भाई पंडतां दी कुड़ी नाल ब्याह कराउणो फिरदा तू समझा दे माड़ा मोटा जे तेरी गल मनूगा कुड़ी ओदे नाल पढ़ाउंदी होनी नी कानू नाल कानू पढ़ाउंदी है कुड़ी ता पुलिस च है पर एदे नाल पढ़दी रही है ए ता जद्दा ओदे नाल पक ठक करी फिरदा ਜਦੋਂ ਤੇਰੀ ਨਹੀਂ ਮੰਨਦਾ ਬੇਬੇ ਫਿਰ ਮੇਰੀ ਕਿੱਥੇ ਮੰਨੂਗਾ ਮੈਂ ਤਾਂ ਐਂ ਕਹਿਣੀ ਐ ਕੋਈ ਵਧੀਆ ਕੁੜੀ ਦੇਖ ਕੇ ਧੱਕੇ ਨਾਲ ਸ਼ਗਨ ਪਾਇਆਵਾਂਗੇ ਫਿਰ ਕੀ ਕਰ ਲੂਗਾ ਉਹ ਆਪੇ ਨਹੀਂ ਨਹੀਂ ਬੇਬੇ ਉਹਨੂੰ ਆਪਦੀ ਮਰਜ਼ੀ ਨਾਲ ਹੀ ਵਿਆਹ ਕਰਾ ਲੈਣ ਦੇ ਨਹੀਂ ਫਿਰ ਸਾਰੀ ਉਮਰ ਤੈਨੂੰ ਗਾਲਾਂ ਕੱਢਦਾ ਰਹੂ ਨਾਲੇ ਜੇ ਆਪਸ ਵਿੱਚ ਨਾ ਬਣੀ ਫੇਰ ਔਖਾ ਹੋ ਜੂ ਲੈ ਤੂੰ ਤਾਂ ਉਹਦੇ ਪੱਖ ਪੂਰਨ ਲੱਗ ਗਈ ਨਾਲੇ ਤੇਰੀ ਵੀ ਤਾਂ ਬੇਇੱਜ਼ਤੀ ਹੋਊਗੀ ਤੇਰੇ ਸਹੁਰੇ ਕੀ ਕਹਿਣਗੇ ਵੀ ਇਹਦਾ ਭਾਈ ਪੰਡਤਾਂ ਦੀ ਕੁੜੀ ਨਾਲ ਵਿਆਹ ਕਰਾਈ ਫਿਰਦਾ ਫਿਰ ਆਪਾਂ ਕਰ ਵੀ ਕੀ ਸਕਦੇ ਆ ਬੇਬੇ ਜੇ ਰੋਕਾਂਗੇ ਕਿਤੇ ਜੇ ਫਿਰ ਆਪ ਭੱਜ ਕੇ ਵਿਆਹ ਕਰਾ ਲਿਆ ਫਿਰ ਉਸ ਤੋਂ ਵੀ ਜ਼ਿਆਦਾ ਬੇਇੱਜ਼ਤੀ ਹੋ ਜੂ ਇਹ ਤੋਂ ਚੰਗਾ ਬੇਬੇ ਆਪਾਂ ਉਹਦਾ ਇੱਜ਼ਤ ਨਾਲ ਹੀ ਵਿਆਹ ਕਰ ਦਈਏ ਨਾ ਨਾ ਭਾਈ ਮੈਨੂੰ ਨਹੀਂ ਇਹ ਗੱਲ ਚੰਗੀ ਲੱਗਦੀ ਹੈਗੀ ਮੈਨੂੰ ਨਹੀਂ ਪਸੰਦ ਹੈਗੀ ਜਮੇ ਗੱਲ ਇਹ ਤੁਹਾਡੀ ਮੈਡਮ ਤੁਹਾਡੀ ਨਿਗਾਹ 'ਚ ਕੋਈ ਕੁੜੀ ਨਹੀਂ ਸੋਹਣੀ ਸੁਨੱਖੀ ਜੀ ਸਰ ਲੱਗਦਾ ਤੁਸੀਂ ਵੀ ਵਿਆਹ ਕਰਾਉਣ ਦਾ ਮਨ ਬਣਾ ਲਿਆ ਉਹ ਹਾਂ ਹਾਂ ਮੈਡਮ ਵਿਆਹ ਤਾਂ ਕਰਾਉਣਾ ਹੀ ਆ ਕੁਵਾਰੇ ਰਹਿ ਕੇ ਕਿੰਨਾ ਟਾਈਮ ਸਰ ਜੂਗਾ ਨਾਲੇ ਮੇਰੀ ਬੇਬੇ ਦਿਨੋਂ ਦਿਨ ਡਾਊਨ ਜੀ ਹੁੰਦੀ ਜਾਂਦੀ ਆ ਉਹਦੇ ਜਾਂਦੇ ਜੀ ਵਿਆਹ ਕਰਾਉਣਾ ਆਪਦੀ ਨੂੰਹ ਦਾ ਮੂੰਹ ਤਾਂ ਦੇਖ ਲਊਗੀ ਵਧੀਆ ਗੱਲ ਹੈ ਸਰ ਮੇਰੀ ਨਿਗਾਹ 'ਚ ਕੋਈ ਕੁੜੀ ਹੋਈ ਤਾਂ ਮੈਂ ਜ਼ਰੂਰ ਦੱਸਾਂ ਬਸ ਮੈਡਮ ਕੁੜੀ ਸੋਹਣੀ ਹੋਵੇ ਡਿਮਾਂਡ ਕੋਈ ਨਹੀਂ ਮੇਰੀ ਜਮਾਂ ਸੋਡੇ ਵਰਗੀ ਹੋਰ ਲੈਸ ਕਰਾਵਾਂਗਾ ਲਾਈਫ ਪਾਰਟਨਰ ਵਧੀਆ ਹੋਣਾ ਚਾਹੀਦਾ ਬਹੁਤੇ ਸੋਹਣੇ ਤੋਂ ਵੀ ਕੀ ਕਰਨਾ ਜੇ ਆਪਸ 'ਚ ਪਿਆਰ ਹੀ ਨਾ ਹੋਵੇ ਹਾਂਜੀ ਹਾਂਜੀ ਸਹੀ ਗੱਲ ਆ ਤੁਹਾਡੀ ਕੁੜੀ ਹੋਵੇ ਵੀ ਨਰਮ ਸੁਭਾਅ ਦੀ ਇੰਨੇ ਵੇ ਨਾ ਜਮਾਂ ਸੋਡੇ ਵਰਗੀ ਸਰ ਫਿਰ ਤਾਂ ਤੁਸੀਂ ਮੇਰੇ ਨਾਲ ਹੀ ਕਰਾ ਲਓ ਜੇ ਤੁਹਾਡੇ ਨਾਲ ਹੋ ਜਾਏ ਨਾ ਫਿਰ ਹੋਰ ਵੀ ਕੀ ਚਾਹੀਦਾ ਮੈਨੂੰ ਸਰ ਮੈਂ ਤਾਂ ਮਜ਼ਾਕ ਕਰਦੀ ਸੀ ਤੁਹਾਡੇ ਨਾਲ ਆਪਾਂ ਵਧੀਆ ਕੁੜੀ ਲੱਭਾਂਗੇ ਤੁਹਾਡੇ ਲਈ ਮੈਡਮ ਤੁਸੀਂ ਵਧੀਆ ਹੋ ਤੁਸੀਂ ਕਿਹੜਾ ਮਾੜੇ ਹੋ ਸਰ ਮੇਰਾ ਮਤਲਬ ਨਹੀਂ ਵਧੀਆ ਇਹ ਕਿ ਤੁਹਾਡੀ ਕਾਸਟ ਦੀ ਕੁੜੀ ਲੱਭਾਂਗੇ ਜਿਹੜਾ ਤੁਹਾਡੇ ਘਰੇ ਵੀ ਕੋਈ ਪ੍ਰੋਬਲਮ ਨਾ ਹੋਵੇ ਮੇਰੇ ਨਾਲ ਤਾਂ ਤੁਸੀਂ ਉਹ ਕਰਵਾ ਲਓ ਮੇਰੀ ਬੇਬੇ ਨੂੰ ਕੋਈ ਇਤਰਾਜ਼ ਨਹੀਂ ਹੋਊਗਾ ਯਾਰ ਬਹੁਤ ਕੁਛ ਰੱਖੂੰਗਾ ਤੈਨੂੰ ਮੈਂ ਇੱਕ ਵਾਰ ਮੇਰੀ ਹੋ ਕੇ ਤਾਂ ਦੇਖ ਸਰ ਤੁਸੀਂ ਸੱਚੀ ਸੀਰੀਅਸ ਲੈ ਗਏ ਮੈਂ ਤਾਂ ਮਜ਼ਾਕ ਕਰਦੀ ਸੀ ਤੁਹਾਡੇ ਨਾਲ ਕਿਉਂ ਯਾਰ ਤੈਨੂੰ ਪਸੰਦ ਨਹੀਂ ਮੈਂ ਤੇਰੇ ਬਰਾਬਰ ਦੀ ਨੌਕਰੀ ਆ ਮੇਰੀ ਨਹੀਂ ਨਹੀਂ ਸਰ ਉਹ ਗੱਲ ਨਹੀਂ ਹੈਗੀ ਮੈਂ ਕਦੀ ਸੋਚਿਆ ਨਹੀਂ ਤੁਹਾਡੇ ਬਾਰੇ ਐਵੇਂ ਦੇਖ ਯਾਰ ਹਰਭਾਜ ਨਾਲ ਤਾਂ ਤੇਰਾ ਵਿਆਹ ਹੁੰਦਾ ਨਹੀਂ ਨਾ ਉਹ ਤੇਰੇ ਨਾਲ ਕਰਾਵੇ ਉਹ ਤਾਂ ਕਬੂਤਰੀ ਪੱਟੀ ਬੈਠਾ ਹੈਗਾ ਮੈਂ ਤਿਆਰ ਹਾਂ ਯਾਰ ਤੇਰੇ ਨਾਲ ਵਿਆਹ ਕਰਾਉਣ ਨੂੰ ਮੈਂ ਤੈਨੂੰ ਉਦੋਂ ਦਾ ਪਸੰਦ ਕਰਦਾ ਜਦ ਆਪਾਂ ਇਕੱਠੇ ਪੜ੍ਹਦੇ ਸੀ ਪਰ ਤੂੰ ਮੇਰੇ ਕਦੇ ਸਮਝੇ ਨਹੀਂ ਗਾ ਤੂੰ ਤਾਂ ਉਹਦੀਆਂ ਗੱਲਾਂ 'ਚ ਆ ਗਈ ਸਰ ਪਿਆਰ ਕਦੀ ਕਿਸੇ ਦੀਆਂ ਗੱਲਾਂ 'ਚ ਆ ਕੇ ਨਹੀਂ ਹੁੰਦਾ ਇਹ ਤਾਂ ਆਪਣੇ ਆਪ ਹੀ ਹੋ ਜਾਂਦਾ ਨਾਲੇ ਮੈਂ ਕਦੀ ਤੁਹਾਨੂੰ ਇਸ ਨਿਗਾਹ ਨਾਲ ਦੇਖਿਆ ਹੀ ਨਹੀਂ ਮੈਂ ਹਮੇਸ਼ਾ ਤੁਹਾਨੂੰ ਵੱਡੇ ਭਰਾ ਦੀ ਨਿਗਾਹ ਨਾਲ ਦੇਖਿਆ ਯਾਰ ਤੂੰ ਕੋਸ਼ਿਸ਼ ਤਾਂ ਕਰ ਪਿਆਰ ਤਾਂ ਆਪੇ ਹੋ ਜਾਣਾ ਤੂੰ ਵਿਆਹ ਤਾਂ ਕਰਾਂਗੀ ਨਾ ਕਿਸੇ ਨਾਲ ਫਿਰ ਕਿਸੇ ਹੋਰ ਦੀ ਕਹਾਉਣਾ ਤੂੰ ਮੇਰੀ ਹੋ ਜਾ ਨਾਲੇ ਮੈਂ ਤੈਨੂੰ ਪਿਆਰ ਕਰਦਾ ਬਹੁਤ ਕੁਛ ਰੱਖੂੰਗਾ ਮੈਂ ਤੈਨੂੰ ਸਰ ਪਲੀਜ਼ ਅੱਜ ਤੋਂ ਬਾਅਦ ਮੇਰੇ ਨਾਲ ਕੋਈ ਇੱਦਾਂ ਦੀ ਪਰਸਨਲ ਗੱਲ ਨਾ ਕਰਿਓ ਆਪਾਂ ਇਕੱਠੇ ਜੌਬ ਕਰਦੇ ਹਾਂ ਠੀਕ ਹੈ ਇਹ ਨਾ ਹੋਵੇ ਕਿ ਆਪਾਂ ਬੋਲਣ ਤੋਂ ਵੀ ਜਾਈਏ ਉਹਨੂੰ ਯਾਰ ਬੜਾਈ ਫਿਰਦੀ ਸੀ ਮੇਰੀ ਵਾਰੀ ਮਿਰਚਾਂ ਲੱਗਦੀਆਂ ਨੇ ਅਜੇ ਵੀ ਆਸ ਹੋਣੀ ਉਹਦੇ ਕੋਲ ਜਾਣ ਦੀ ਪਰ ਇਕੱਠੇ ਤਾਂ ਨਹੀਂ ਹੋਣ ਦਿੰਦਾ ਮੈਂ ਜੇ ਮੇਰੀ ਨਹੀਂ ਹੋਈ ਨਾ ਹੁਣ ਉਹਦੀ ਵੀ ਨਹੀਂ ਦਿੰਦਾ
सर मेरी तबीयत नहीं ठीक, मैं घर जा रही हूँ, मेरी छुट्टी पास करा दे जो सर आ गए। मैं तो आप काम जरूरी है, मैं तो आप जाना करे। सर ठीक, जे तुहाडा जाना ज़्यादा जरूरी है फिर तुसी चल जाओ, ऑफिस खाली थोड़ी ना छड़ना, सर आन के बोलणगे। मैनू कड़ा पता नहीं यार कोल जाणू फिरदी सी, याद सतानी हुई उहदी मिन्नता करनी होनी है जाके उहदी, पर किथे मेरा ब्याह ठकरा के ना पछताएंगी वी बा। चलो ख्याल रखियो, मैं चलता फिर।